लाइक शेयर करके हम और भी डिस्काउंट मिलूगा। हां तो पेंटो मार बोला चैनल सब्सक्राइब करो, लाइक करो, शेयर करो। सुनो रेट दिना हो गला सोना असी दमा गला लो जी जरूर पहुंचे आ जाओ। रुपेंद्र मार्बल टाइल्स बिग बाजार। ओए हां भी मुंडो हैगा कोई इथे? अच्छा जी आओ जी आओ। की हाल है? हां जी आदो आदो। की हाल है सर? और जी फिर किवें हो जी? ठीक है बढ़िया जी बढ़िया। आज फिर की दिखाने आज? आज थोनो टाइल दिखाइए फिर आज एलिवेशन टाइल। अच्छा जी एलिवेशन। हां एलिवेशन टाइल दिखाइए थोनो। ओके जी। ए हां जी फिर की रेट दिनो ई टाइल नु? तुसी दसो की दे दिए? ਹੱਡ ਮੇਰੇ ਹਿਸਾਬ ਨਾਲ ਤਾਂ ਜੀ 300 350 ਵਾਲਾ ਡੱਬਾ ਲੱਗਦਾ ਜੀ ਜਿਹੜੇ ਹਿਸਾਬ ਨਾਲ ਡਿਜ਼ਾਈਨ ਆ ਤੁਹਾਡੇ ਕੋਲ। ਕਾਨੂੰ 350 ਵਾਲਾ ਡੱਬਾ ਨਹੀਂ। ਕੀ ਰੇਟ ਦੇ ਦੱਸੋ? ਦੇ ਦੀ ਇਹਦਾ ਕੀ ਦੇ ਸਕਦੇ ਜੀ? 250 ਜੀ। ਛੱਡ 220 ਰੁਪਏ ਡੱਬਾ ਦੇ ਦਾਂਗੇ। 220 ਹੋਰ ਵੀ ਘੱਟ ਕਰ ਦਾਂਗੇ ਕੋਈ ਦੇਖ ਲਓ ਜੀ ਕਿਤੇ ਘਾਟਾ ਨਾ ਪਾ ਲਿਓ ਤੁਸੀਂ। ਉਹ ਤੂੰ ਐ ਕਰ ਕਸਟਮਰ ਆਉਣ ਦੇ ਕੋਈ ਚੱਕਰ ਨਹੀਂ ਆਪਾਂ ਘੱਟ ਵੀ ਕਰ ਦਾਂਗੇ ਕਿੱਡੀ ਕੀ ਗੱਲ ਆ। ਡਿਜ਼ਾਈਨ ਦੇਖੋ ਪਹਿਲਾਂ ਡਿਜ਼ਾਈਨ ਦੇਖੋ ਪਹਿਲਾਂ ਚੱਕੋ। ਵਾਹ ਜੀ ਵਾਹ ਡਿਜ਼ਾਈਨ ਤਾਂ ਕੀ ਬਾਤ ਹੈ। ਨਾਲੇ ਸਾਰੇ ਜੁਆਇੰਟਲੈਸ ਨੇ, ਜੁਆਇੰਟਲੈਸ ਸਾਰੇ ਹੀ। ਇਹਦਾ ਪਤਾ ਨਹੀਂ ਲੱਗੂਗਾ ਟਾਇਲ ਲੱਗੀ ਹੋਈ ਦਾ। ਕੀ ਬਾਤ ਹੈ। ਇੱਕ ਹੋਰ ਵੀ ਡਿਜ਼ਾਈਨ ਨੇ ਜੀ। ਇਹ ਜੇ ਡਿਜ਼ਾਈਨ ਹੀ ਕਿਤੇ ਮਿਲਨੇ। ਵਾਹ ਜੀ ਵਾਹ। ਰੁਪਿੰਦਰ ਮਾਰਬਲ ਹੈ। ਰੁਪਿੰਦਰ ਮਾਰਬਲ ਬਾਈ ਮਾਲ ਮੂਲ ਹੈਗਾ ਤੁਹਾਡੇ ਕੋਲ ਪੂਰਾ ਪਿਆ ਸਟਾਕ ਹੈ ਕਿ ਗੱਲੇ ਆਹੀ ਦਿਖਾਈ ਜਾਂਦੇ ਹੋ ਸਿੰਪਲੀ? ਉਹ ਜਿੰਨਾ ਮਰਜੀ ਵੀਰੇ ਜਿੰਨਾ ਮਰਜੀ ਜਿਹੜਾ ਦਿਖਾਉਂਗਾ ਹਾਜ਼ਰ ਹੋਊਗਾ ਮਾਲ ਕੋਈ ਐ ਨਹੀਂ। ਗਰਾਉਂਡ ਭਰੇ ਪੈਨੇ ਆਪਣੇ। ਅੱਛਾ ਜੀ ਕੋਈ ਨਹੀਂ ਕਿਹੜਾ ਗਰਾਉਂਡਾਂ ਤੇ ਵੀ ਮਾਰਦੇ ਨਿਗਾ ਤੁਹਾਡਿਆਂ ਤੇ। ਕੋਈ ਗੱਲ ਹੀ ਨਹੀਂ ਆਪਾਂ ਵਿਦ ਪ੍ਰੂਫ ਗੱਲ ਕਰਾਂਗੇ। ਦਿਖਾਓ ਆਪਣੇ ਦਰਸ਼ਕਾਂ ਨੂੰ ਕਿ ਫੁੱਦੂ ਲਾਈ ਜਾਂਦੇ ਹੋ ਐਵੇਂ। ਨਹੀਂ ਨਹੀਂ ਸਾਰੇ ਮਾਲ ਇੱਕ ਨੰਬਰ ਦਾ ਮਾਲ ਹੋਊਗਾ ਦੱਸੂਗਾ ਟਾਇਲ ਲੱਗੀ ਹੋਈ ਸਾਹਮਣੇ। ਆਹ ਡਿਜ਼ਾਈਨ ਕਿੰਨਾ ਸੋਹਣਾ ਹੈ ਤਾਂ। ਲੈ ਦੇਖ ਇਧਰ ਸਾਰੇ ਜੁਆਇੰਟਲੈਸ। ਇਹਨੂੰ ਰੁਪਿੰਦਰ ਮਾਰਬਲ ਕਹਿੰਦੇ ਆ। ਅੱਛਾ ਜੀ ਲੈ ਚੱਕ। ਜਿਹੜੀ ਤੁਸੀਂ ਰੇਟ ਵਾਲੀ ਗੱਲ ਕਰਦੇ ਦੇਖ ਲਓ ਬਾਅਦ ਵਿੱਚ ਮੁੱਕਰ ਨਾ ਜਾਇਓ। ਮੈਂ ਕਿਹਾ ਗੱਲ ਹੀ ਕੋਈ ਨਹੀਂ ਵੀਰੇ ਜਿਹੜਾ ਲਾਈਕ ਸ਼ੇਅਰ ਕਰਕੇ ਆਊਗਾ ਨਾ ਆਪਾਂ ਨੂੰ ਹੋਰ ਵੀ ਲੈਸ ਕਰਾਂਗੇ। ਲਓ ਜੀ ਮੇਰੇ ਵੀਰੋ ਜਿਹੜਾ ਦਰਸ਼ਕ ਆਊਗਾ ਆਪਣੇ ਲਾਈਕ ਸ਼ੇਅਰ ਕਰਕੇ ਉਹਨੂੰ ਹੋਰ ਵੀ ਡਿਸਕਾਊਂਟ ਮਿਲੂਗਾ। ਹਾਂ ਰੁਪਿੰਦਰ ਮਾਰਬਲ ਦਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਤੁਹਾਨੂੰ ਰੇਟ ਜਿੰਨਾ ਹੋਊਗਾ ਲੈਸ ਉਹਨਾਂ ਅਸੀਂ ਦਵਾਂਗੇ ਲੈਸ। ਲਓ ਜੀ ਜਰੂਰ ਪਹੁੰਚੋ ਇੱਕ। ਆਜੋ ਤੁਹਾਨੂੰ ਹੋਰ ਵੀ ਦਿਖਾ ਦਈਏ। ਅੱਛਾ ਜੀ ਹੋਰ ਵੀ ਨੇ? ਹਾਂ ਹਾਂ ਇਹ ਕਿਤੇ ਵੀਰੇ ਇੱਥੇ ਗੱਲ ਖਤਮ ਹੋ ਗਈ। ਆ ਦੇਖ ਇਧਰ 2x1 ਦਾ ਸਾਈਜ਼ ਆ ਇਹ। ਇਹ ਕਿਹੜਾ ਸਾਈਜ਼ ਆ ਜੀ? 2x1 ਦਾ ਸਾਈਜ਼ ਆ ਉਸਤਾਦ ਜੀ ਇਹ ਤੁਹਾਨੂੰ। ਕੀ ਬਾਤਾਂ ਦੇਖ ਇਧਰ ਜੁਆਇੰਟਲੈਸ ਸਟਾਈਲ ਆ ਜੁਆਇੰਟ ਵੀ ਨਜ਼ਰ ਆਉ ਕਿਤੇ। ਡਿਜ਼ਾਈਨ ਤੇ ਕਲਰ ਹੀ ਕਲਰ। ਲੈ ਦੇਖ ਚੱਕ ਨਵੇਂ ਤੋਂ ਨਵਾਂ ਡਿਜ਼ਾਈਨ ਵੀਰੇ। ਵਾਹ ਜੀ ਵਾਹ। ਇਹਦਾ ਰੇਟ ਵੀ ਸੁਣ ਕੇ 760 ਰੁਪਏ ਫੁੱਟ ਲੱਗਦਾ ਜੀ। ਇਹ ਤਾਂ ਜਿਹੜੇ ਹਿਸਾਬ ਨਾਲ ਡਿਜ਼ਾਈਨ ਹੈ ਤੁਹਾਡੇ ਕੋਲੇ। ਕਾਨੂੰ ਕਿੰਨਾ ਦੇ ਦਈਏ? 50 ਰੁਪਏ ਦੇ ਦਈਏ? 50 ਰੁਪਏ ਜੀ ਛੱਡ ਉਹ ਵੀ ਛੱਡ ਤੂੰ 45 ਰੁਪਏ ਫੁੱਟ ਨੂੰ ਦੇ ਦਾਂਗੇ ਟਾਇਲ 2x1 ਦੀ। ਓ ਮਾਈ ਜੀ ਦੇਖ ਲਓ। ਉਹ ਮੈਂ ਕਿਹਾ ਗੱਲ ਹੀ ਕੋਈ ਨਹੀਂ। ਕੀ ਬਾਤ ਹੈ ਜੀ। ਚੱਕ 45 ਰੁਪਏ ਫੁੱਟ ਲਾਈਕ ਸ਼ੇਅਰ ਕਰਕੇ ਆਊਗਾ ਉਹਨੂੰ ਹੋਰ ਜਿੰਨਾ ਹੋ ਸਕਿਆ ਉਹਨਾਂ ਲੈਸ ਕਰ ਦਾਂਗੇ। ਲਓ ਜੀ ਧਿਆਨ ਰੱਖੋ ਵੀਰੋ ਸਾਰੇ ਲਾਈਕ ਸ਼ੇਅਰ ਜਰੂਰ ਕਰਕੇ ਆਇਓ। ਦੇਖ ਡਿਜ਼ਾਈਨ ਵੀਰੇ ਤੁਹਾਡਾ ਤੁਹਾਡਾ ਹੀ ਫਾਇਦਾ ਇਹਦੇ ਵਿੱਚ। ਫਰੰਟ ਤੇ ਟਾਇਲ ਲੱਗੀ ਹੋਈ ਦੱਸੂ ਵੀਰੇ। ਕੀ ਬਾਤ ਹੈ ਚੰਬੂ ਦੀਆਂ ਹੀ ਪਹਾੜੀਆਂ ਲੱਗਦੀਆਂ ਨੇ ਤਾਂ। ਆ ਦੇਖ ਇਧਰ ਇਹਨੂੰ ਕੁੱਲੂ ਟਾਇਲ ਕਹਿੰਦੇ ਆ ਕੁੱਲੂ। ਕੀ ਬਾਤ ਹੈ ਜੀ ਕੀ ਡਿਜ਼ਾਈਨ ਨੇ ਤੁਹਾਡੇ ਕੋਲ ਤਾਂ। ਇਹ ਵੀ ਪ੍ਰੂਫ ਮਤਲਬ ਆਪਣੇ ਕੋਲੇ ਵੀਰੇ ਸਟਾਕ ਦੇ ਵਿੱਚ ਇਹ ਵੀ ਹਾਜ਼ਰਾ। ਅੱਛਾ ਜੀ ਹਾਂ ਆ ਗਈ ਜੌਨਸਨ ਦੀ ਟਾਇਲ। ਅੱਛਾ ਜੀ ਇਹ ਤਾਂ ਵਾਹ ਕੀ ਬਾਤ ਹੈ ਜੀ ਚੀਜ਼ ਹੀ ਬੜੀ ਜ਼ਬਰਦਸਤ ਆ ਜੀ ਤੁਹਾਡੇ ਕੋਲ। ਇਹਨੂੰ ਸਟੋਨ ਕਹਿ ਕੇ ਦੁਕਾਨਦਾਰ 100-100 ਰੁਪਏ ਫੁੱਟ ਦੇਈ ਜਾਂਦੇ ਆ ਆਪਾਂ ਦਵਾਂਗੇ ਇਹਨੂੰ। ਕੀ ਰੇਟ ਜੀ? 70 ਰੁਪਏ। 70 ਰੁਪਏ ਜੀ ਉਦੋਂ ਵੀ ਘੱਟ ਕਰ ਦਾਂਗੇ ਗੱਲ ਹੀ ਕੋਈ ਨਹੀਂ। ਅੱਛਾ 70 ਰੁਪਏ ਤੋਂ ਵੀ ਘੱਟ ਦਵਾਂਗੇ। ਲਓ ਜੀ ਜਿਹੜਾ ਸਬਸਕ੍ਰਾਈਬ ਔਰ ਲਾਈਕ ਸ਼ੇਅਰ ਕਰਕੇ ਆਊਗਾ ਉਹਨੂੰ ਕਹਿੰਦੇ ਡਿਸਕਾਊਂਟ ਵੀ ਦਵਾਂਗੇ। ਹਾਂਜੀ ਇਹ ਆ ਗਈ ਲੱਕੜ। ਇਹਨੂੰ ਕੋਈ ਗੈਸ ਨਹੀਂ ਕਰ ਸਕਦਾ ਲੱਕੜ ਲੱਗੀ ਆ ਕਿ ਟਾਇਲ ਲੱਗੀ ਆ। ਜੁਆਇੰਟਲੈਸ ਟਾਇਲ ਆ ਕਜ਼ਾਰੀਆ ਦੀ ਟਾਇਲ ਆ। ਅੱਛਾ ਜੀ ਕਜ਼ਾਰੀਆ ਬ੍ਰਾਂਡ ਦੀ ਜਿਹੜਾ 1 ਨੰਬਰ ਤੇ ਮੰਨਿਆ ਜਾਂਦਾ ਜੀ ਕਜ਼ਾਰੀਆ। 1 ਨੰਬਰ ਤੇ ਕਜ਼ਾਰੀਆ ਤੇ ਜੌਨਸਨ 1 ਨੰਬਰ ਤੇ ਮਾਲ ਵਿਦ ਪ੍ਰੂਫ ਸਟਾਕ ਚ। ਓਕੇ ਜੀ ਓਕੇ ਮਾਰ ਮੇਰੇ ਨਿਗਾਹ ਜੀ ਦੇਖੋ ਮੇਰੇ ਦਰਸ਼ਕੋ ਨਵੇਂ ਨਵੇਂ ਡਿਜ਼ਾਈਨ। ਲਓ ਜੀ ਤੁਸੀਂ ਨਕਸ਼ਾ ਲਿਆਇਓ ਆਪਣਾ ਨਕਸ਼ੇ ਦੇ ਹਿਸਾਬ ਨਾਲ ਤਿਆਰ ਕਰਕੇ ਦਿੰਦਿਆ ਇਹ ਜੀ। ਨਕਸ਼ਾ ਵੀ ਲੈ ਆਉਣਾ ਨਕਸ਼ੇ ਦਾ ਜਿਹੜਾ ਨਕਸ਼ਾ ਹੋਊ ਉਹ ਜਿਹਾ ਤਿਆਰ ਕਰਾ ਕੇ ਦਵਾਂਗੇ ਆਪਾਂ। ਕੀ ਬਾਤ ਹੈ ਜੀ।